ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ PCS ਵਾਲੀ ਬੁੱਕ ਤੇ ਅਗਲੇ ਚੈਪਟਰ ਤੇ ਚਰਚਾ ਕਰਦੇ ਹਾਂ। ਉਹ ਚੈਪਟਰ ਹੈਗਾ ਵਿਰੋਧੀ ਸ਼ਬਦ। ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਹੈ ਵੱਖਰੇ ਵੱਖਰੇ ਚੈਪਟਰਸ ਤੇ, ਤਾਂ ਇਹ ਜਿਹੜਾ ਚੈਪਟਰ ਹੈ ਇਹਦੇ ਵਿੱਚ ਵੀ ਆਪਾਂ ਇੱਕ ਬੜੀ ਲੰਬੀ ਲਿਸਟ ਦਿੱਤੀ ਹੋਈ ਹੈ। ਪਿਛਲੇ ਸਾਲ ਦੇ ਪੇਪਰ ਦੇ ਵਿੱਚ ਯਾਦ ਹੋਏਗਾ ਤੁਹਾਨੂੰ ਵੀ ਜਿਹੜੇ ਪੁਰਾਣੇ ਕੈਂਡੀਡੇਟਸ ਨੇ, ਕਿ ਇੱਕ ਸ਼ਬਦ ਆਇਆ ਸੀ ਮਸਕੀਨ, ਤੇ ਉੱਥੇ ਪੁੱਛਿਆ ਸੀ ਮਸਕੀਨ ਦਾ ਵਿਰੋਧੀ ਸ਼ਬਦ ਕੀ ਹੈ। ਤਾਂ ਭਾਵ ਕੀ ਹੈ, ਇੱਦਾਂ ਦੇ ਸ਼ਬਦ ਨੇ ਜਿਹੜੇ ਉਹ PCS ਦੇ ਪੇਪਰ ਦੇ ਵਿੱਚ ਆਏ ਹੋਏ ਹੈ ਔਰ ਹੋਰਨਾਂ ਪੇਪਰਾਂ ਦੇ ਵਿੱਚ ਵੀ ਆ ਜਾਂਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਭਾਵਨਾ ਹੈਗੀ ਹੈ। ਤਾਂ ਉਸੇ ਸੰਭਾਵਨਾ ਨੂੰ ਮੱਦੇਨਜ਼ਰ ਰੱਖਦੇ ਹਾਂ ਆਪਾਂ ਇੱਕ ਲੰਬੀ ਸੂਚੀ ਇਹਦੇ ਵਿੱਚ ਦਿੱਤੀ ਹੋਈ ਹੈ ਵਿਰੋਧੀ ਸ਼ਬਦਾਂ ਦੀ। ਇਹਦੇ ਵਿੱਚ ਜਿਵੇਂ ਆਪਾਂ ਕੁਛ ਇੱਕ ਸੂਚੀ ਦਿੱਤੀ ਹੋਈ ਹੈ, ਜਿਵੇਂ ਆਪਾਂ ਗੱਲ ਕਰੀਏ ਤਕਸੀਮ ਸ਼ਬਦ ਹੈ, ਤਕਸੀਮ, ਤਕਸੀਮ ਦਾ ਵਿਰੋਧੀ ਸ਼ਬਦ ਕੀ ਬਣ ਜਾਏਗਾ? ਗੁਣਾ। ਠੀਕ ਹੈ, ਇਸੇ ਤਰੀਕੇ ਨਾਲ ਸ਼ਬਦ ਹੈ ਸਾਡੇ ਕੋਲ ਸੰਨਿਆਸੀ, ਸੰਨਿਆਸੀ ਦਾ ਸ਼ਬਦ ਵਿਰੋਧੀ ਬਣ ਜਾਂਦਾ ਸੰਸਾਰੀ। ਇਸੇ ਤਰੀਕੇ ਦੇ ਨਾਲ ਇੱਕ ਸ਼ਬਦ ਹੈ ਜਿਹਦੀ ਆਪਾਂ ਹੋਰ ਤਰੀਕੇ ਨਾਲ ਜਿਹਨੂੰ ਸਮਝਦੇ ਹਾਂ ਅਤੇ ਜਿਹਨੂੰ ਜਦੋਂ ਵੀ ਕਦੇ ਬੱਚੇ ਕਲਾਸ 'ਚ ਗੱਲ ਕਰਦੇ ਤਾਂ ਮੈਨੂੰ ਉਹਦੇ 'ਤੇ ਹਾਸਾ ਆ ਜਾਂਦਾ ਉਸ ਸ਼ਬਦ 'ਤੇ ਹੀ। ਅਕਸਰ ਬੱਚੇ ਕਹਿੰਦੇ ਹੈ ਕਿ ਬੇਫਾਲਤੂ ਬੋਲੀ ਜਾਂਦਾ, ਕਿਸੇ ਨੂੰ ਇੱਕ ਦੂਸਰੇ ਨੂੰ ਅਸੀਂ ਗੱਲਾਂ ਕਰਦੇ ਕਹਿੰਦੇ ਨਾ ਬੇਫਾਲਤੂ ਬੋਲੀ ਜਾਂਦਾ। ਜਿਹੜਾ ਸ਼ਬਦ ਹੈ ਅਸਲ 'ਚ ਫਾਲਤੂ, ਉਹਦਾ ਮਤਲਬ ਹੈ ਬਿਨਾਂ ਕਿਸੇ ਕਾਰਜ ਤੋਂ, ਬਿਨਾਂ ਕਿਸੇ ਅਰਥ ਤੋਂ। ਅਤੇ ਜਦੋਂ ਅਸੀਂ ਕਹਿੰਦੇ ਬੇਫਾਲਤੂ, ਇਹਦਾ ਮਤਲਬ ਤਾਂ ਫਿਰ ਇਹ ਹੋ ਗਿਆ ਕਿ ਕੰਮ ਦੀ ਗੱਲ ਕਰ ਰਿਹਾ ਉਹ, ਰਾਈਟ। ਇਹ ਪਿਛਲੇ ਨਾ 10-15 ਸਾਲਾਂ ਤੋਂ ਹੋਇਆ ਕਿ ਅਸੀਂ ਫਾਲਤੂ ਦੀ ਬਜਾਏ ਬੇਫਾਲਤੂ ਸ਼ਬਦ ਵਰਤਣ ਲੱਗ ਗਏ। ਪਰ ਅਸਲ ਦੇ ਵਿੱਚ ਕੀ ਆ, ਫਾਲਤੂ ਹੈ ਬੇਕਾਰ, ਵਾਧੂ, ਅਤੇ ਉਹਦਾ ਵਿਰੋਧੀ ਹੈ ਬੇਫਾਲਤੂ। ਅਤੇ ਬੇਫਾਲਤੂ ਦਾ ਅਰਥ ਕੀ ਬਣ ਜਾਂਦਾ, ਕਿ ਇਹ ਫਾਲਤੂ ਨਹੀਂ ਹੈਗਾ। ਠੀਕ ਹੈ, ਸੋ ਇਸੇ ਤਰੀਕੇ ਨਾਲ ਫਜ਼ੂਲ, ਬੇਫਜ਼ੂਲ, ਅਕਸਰ ਇਹ ਵੀ ਕਹਿੰਦੇ ਨੇ ਬੇਫਜ਼ੂਲ ਗੱਲਾਂ ਕਰੀ ਜਾਂਦਾ, ਬੇਫਜ਼ੂਲ ਦਾ ਮਤਲਬ ਤਾਂ ਫਿਰ ਇਹ ਹੋ ਗਿਆ ਕਿ ਕੰਮ ਦੀਆਂ ਗੱਲਾਂ ਕਰ ਰਿਹਾ। ਸੋ ਇੱਦਾਂ ਦੇ ਜਿਹੜੇ ਸ਼ਬਦ ਨੇ ਕਈ, ਉਹ ਅਸੀਂ ਪ੍ਰਾਇਵਾਚੀ ਵਰਤਣ ਲੱਗ ਗਏ, ਫਜ਼ੂਲ ਦੀ ਬਜਾਏ ਬੇਫਜ਼ੂਲ ਵਰਤਣ ਲੱਗ ਗਏ, ਫਾਲਤੂ ਦੀ ਬਜਾਏ ਬੇਫਾਲਤੂ ਵਰਤਣ ਲੱਗ ਗਏ। ਸੋ ਇੱਦਾਂ ਦੇ ਸ਼ਬਦ ਨੇ ਜਿਹੜੇ ਉਹ ਵੀ ਆਪਾਂ ਇਹਦੇ ਵਿੱਚ ਦਿੱਤੇ ਹੋਏ ਆ। ਇਸੇ ਤਰੀਕੇ ਦੇ ਨਾਲ ਸ਼ਬਦ ਸਾਡੇ ਕੋਲ ਜਿਵੇਂ ਖੁਨਾਮੀ ਸ਼ਬਦ ਹੈ, ਠੀਕ ਹੈ, ਖੁਨਾਮੀ ਹੁੰਦਾ ਕਿ ਬਦਨਾਮੀ ਹੋ ਜਾਣੀ, ਇਹਦਾ ਵਿਰੋਧੀ ਸ਼ਬਦ ਕੀ ਬਣਦਾ ਸਾਡੇ ਕੋਲ, ਨਾਮਣਾ। ਇਸੇ ਤਰੀਕੇ ਨਾਲ ਧੀਮਾ, ਧੀਮਾ ਮਤਲਬ ਹੌਲੀ, ਇਹਦਾ ਵਿਰੋਧੀ ਕੀ ਬਣੇਗਾ, ਤੇਜ਼। ਇਸੇ ਤਰੀਕੇ ਨਾਲ ਕਮਜ਼ੋਰ, ਕੋਈ ਵਿਅਕਤੀ ਕਮਜ਼ੋਰ ਹੈ, ਅਸੀਂ ਕਹਿੰਦੇ ਹਾਂ ਬੜਾ ਕਮਜ਼ੋਰ ਹੈ। ਦੂਜੇ ਪਾਸੇ ਇਹਦਾ ਵਿਰੋਧੀ ਸ਼ਬਦ ਕੀ ਬਣ ਜਾਂਦਾ, ਨਿੱਗਰ ਬਣਦਾ, ਤੰਦਰੁਸਤ ਵੀ ਹੋ ਜਾਂਦਾ, ਨਿੱਗਰ ਵੀ ਹੈ। ਠੀਕ ਹੈ, ਤਾਂ ਇੱਦਾਂ ਦੀ ਆਪਾਂ ਇੱਕ ਲੰਬੀ ਸੂਚੀ ਇਹਦੇ ਵਿੱਚ ਦਿੱਤੀ ਹੋਈ ਹੈ, ਜਿਹੜੀ ਕਿ ਤੁਹਾਨੂੰ ਇਸ ਪੇਪਰ ਦੇ ਵਿੱਚ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ ਔਰ ਇਹ ਪੜ੍ਹਨ ਦੇ ਵਿੱਚ ਵੀ ਬੜੀ ਦਿਲਚਸਪ ਹੈਗੀ ਹੈ। 3-4 ਪੰਨਿਆਂ ਦੀ ਸੂਚੀ ਹੈ ਇਹ, ਪਰ ਇਹਦੇ 'ਚ ਕਾਫੀ ਸਾਰੇ ਸ਼ਬਦ ਨੇ ਜਿਹੜੇ ਘੱਟੋ ਘੱਟ ਅਸੀਂ 300 ਸ਼ਬਦ ਇਹਦੇ ਵਿੱਚ ਸੰਭਾਲ ਕੇ ਰੱਖੇ ਹੋਏ ਹੈ ਸੂਚੀ ਦੇ ਵਿੱਚ। ਸੋ ਥੈਂਕ ਯੂ ਸੋ ਮੱਚ, ਆਲ ਦੀ ਵੈਰੀ ਬੈਸਟ।